ਸੱਤਵਾਂ ਪਿੰਡ ਦਾ ਜਿਹੜਾ ਇਹ ਪੈਂਦਾ ਬੈਰੀਅਲ ਦੇ ਨਾਲ, ਉੱਥੇ ਅੰਕੁਰ ਰਾਣਾ ਸਨ ਆਫ ਮਦਨ ਲਾਲ ਜੀ ਦਾ ਇੱਕ ਮਾਮਲਾ ਕਿ ਉਹਨਾਂ ਨੇ ਲੜਕਾ ਜਿਹੜਾ ਡੈਥ ਹੋਈ ਸੀ ਨਹਿਰ ਦੇ ਵਿੱਚ ਦਿਵਾਲੀ ਤੋਂ ਇੱਕ ਦਿਨ ਪਹਿਲੇ 2023 ਦੇ ਵਿੱਚ, ਤਾਂ ਪਰਿਵਾਰ ਦਾ ਜਿਹੜਾ ਅੱਜ ਉਹਨਾਂ ਤੋਂ PC ਕੀਤੀ ਗਈ ਅਤੇ ਕਿਹਾ ਗਿਆ ਕਿ ਸਾਡੀ ਜਿਹੜੀ ਥਾਣਾ ਤਲਵਾੜਾ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ, ਅਸੀਂ ਲਗਾਤਾਰ 1 ਸਾਲ ਤੋਂ ਜਿਹੜੀ ਇਨਸਾਫ ਦੀ ਮੰਗ ਕਰ ਰਹੇ, ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਇਹਦੇ ਵਿੱਚ ਨਾ 2023 ਦੀ ਗੱਲ ਹੈਗੀ ਹੈ, ਦਿਵਾਲੀ ਤੋਂ ਇੱਕ ਦਿਨ ਪਹਿਲਾਂ ਅੰਕੁਸ਼ ਰਾਣਾ ਆ, ਇਹ ਮੇਰਾ ਖਿਆਲ ਨਹਿਰ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸੀਗਾ, ਅਤੇ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਆਪਣੇ ਜਿੰਨੇ ਵੀ ਇਹਦੇ ਨਾਲ ਦੇ ਹੋਰ ਸੀਗੇ ਉੱਥੇ ਇਹਨਾਂ ਨੇ ਬੈਠ ਕੇ ਕੋਈ ਪਾਰਟੀ ਪੂਰਟੀ ਕੀਤੀ ਆ, ਅਤੇ ਨਹਿਰ ਦੇ ਕੰਢੇ ਜਦੋਂ ਇਹ ਆਪਣਾ ਜੋ ਜਿਹਦੇ ਵਿੱਚ ਇਹਨਾਂ ਨੇ ਕੋਈ ਉੱਥੇ ਮੀਟ ਵਗੈਰਾ ਬਣਾਇਆ ਸੀ, ਤਾਂ ਉਹਦੇ ਵਿੱਚ ਨੂੰ ਸਾਫ਼ ਕਰਨ ਵਾਸਤੇ ਪਾਣੀ ਭਰਨ ਲੱਗਾ, ਅਤੇ ਪਾਣੀ ਦਾ ਵਿਹਾਵ ਕਹਿੰਦੇ ਜ਼ਿਆਦਾ ਜ਼ਿਆਦਾ ਆਉਣ ਦਾ ਕਰਕੇ ਉਹ ਜਿਹੜਾ ਆ ਮੁੰਡਾ ਵਿੱਚ ਹੀ ਰੁੜ ਗਿਆ ਸੀ ਸਣੇ ਕੁੱਕਰ ਦੇ ਨਾਲ ਹੀ। ਬਾਅਦ ਵਿੱਚ ਇਹਦੀ ਉਹਦੀ ਡੈੱਡ ਬੋਡੀ ਜਿਹੜੀ ਆ ਉੱਥੋਂ ਪਾਵਰ ਗੇਟ ਦੇ ਹਾਊਸ ਤੋਂ ਉੱਥੇ ਮਿਲ ਗਈ ਸੀ, ਅਤੇ ਉਸ ਤੋਂ ਬਾਅਦ ਉਸ ਵੇਲੇ ਇਹਨਾਂ ਨੇ ਕਾਰਵਾਈ ਜਿਹੜੀ ਪਰਿਵਾਰ ਨੇ 174 ਦੀ ਕਰਵਾਈ ਸੀ ਵੀ ਸਾਨੂੰ ਕਿਸੇ ਦੇ ਕੋਈ ਗੁਲਾ ਸ਼ਿਕਵਾ ਨਹੀਂ। ਲੇਕਿਨ ਹੁਣ ਇਹਨਾਂ ਨੇ ਦਰਖਾਸਤ ਦਿੱਤੀਆਂ ਹੈਗੀਆਂ ਅਫਸਰਾਂ ਦੇ ਵੀ ਸਾਨੂੰ ਸ਼ੱਕ ਆ ਜੀ ਉਹਦਾ ਕੋਈ ਉਹਨੂੰ ਕਿਸੇ ਤਰੀਕੇ ਨਾਲ ਉਹਦਾ ਹੋਇਆ, ਜਿਹਦੇ ਸੰਬੰਧੀ ਮੈਂ ਹੁਣ ਥੋੜ੍ਹੇ ਪਿੱਛੇ ਥੋੜ੍ਹੇ ਦਿਨਾਂ ਤੋਂ ਇਹਨਾਂ ਨੂੰ ਕਾਲ ਵੀ ਕੀਤੀ ਆ, ਦਰਖਾਸਤ ਦਿੱਤੀ ਮੇਰੇ ਕੋਲ ਆਈ ਸੀ ਅਤੇ ਇਹਨਾਂ ਨੂੰ ਥਾਣੇ ਬੁਲਾਇਆ ਵੀ ਇਹਦੀ ਇਨਕੁਆਇਰੀ ਕਰਨ ਵਾਸਤੇ, ਅਤੇ ਬਾਕੀ ਤਾਂ ਕੋਈ ਇੱਦਾਂ ਨਹੀਂ ਹਰੇ ਇਹਦੀ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਨਹੀਂ ਹਰੇ ਆਈ, ਪੋਸਟਮਾਰਟਮ ਰਿਪੋਰਟ ਆਉਣ 'ਤੇ ਸਾਰੀ ਕਾਜ਼ ਆਫ ਡੈਥ ਦਾ ਪਤਾ ਲੱਗ ਜੂਗਾ। ਜੀ, ਪਰਿਵਾਰ ਕਹਿ ਰਿਹਾ ਕਿ ਜਿਹੜੇ ASI ਰਣਵੀਰ ਸਿੰਘ ਹੈਗੇ ਆ, ਜਦੋਂ ਵੀ ਉਹਨਾਂ ਤੋਂ ਅਸੀਂ ਜਾਂਦੇ ਹਾਂ ਸਾਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦੇ, ਜਦੋਂ ਵੀ ਅਸੀਂ ਉਹਨਾਂ ਤੋਂ ਅਸੀਂ ਕਹੀਏ ਸਾਡਾ ਕਾਰਵਾਈ ਕਰੋ ਅਤੇ ਸਾਨੂੰ ਝਿੜਕਾ ਮਾਰ ਕੇ ਦਿਲਾ ਦਿੰਦੇ ਆ, ਦੂਸਰੇ ਪਾਸੇ ਸਾਨੂੰ ਕਹਿੰਦੇ ਕਿ 25-25 ਹਜ਼ਾਰ ਰੁਪਏ ਦਵਾ ਦਿੰਦੇ ਹਾਂ ਤੁਹਾਨੂੰ ਉਹਨਾਂ ਲੜਕਿਆਂ ਦੇ ਜਿਹਨਾਂ ਦੇ ਨਾਮ ਲਿਖਾਏ, ਤਾਂ ਤੁਸੀਂ ਕੰਪਰੋਮਾਈਜ਼ ਕਰ ਦਿਓ, ਤੁਹਾਡਾ ਕੋਈ ਹੱਲ ਨਹੀਂ ਹੋਣਾ ਇੱਦਾਂ। ਨਹੀਂ, ਆਪਣੇ ਉਹਨਾਂ ਦੇ ਨਾਲ ਕੋਈ ਹੁਸ਼ਿਆਰਪੁਰ ਤੋਂ ਮੈਨੂੰ ਥੋੜ੍ਹੇ ਦਿਨ ਪਹਿਲਾਂ ਮੇਰੇ ਕੋਲ ਆਏ ਸੀ ਪਾਰਟੀ ਇੱਕ, ਉਹ ਆਣ ਕੇ ਮੇਰੇ ਕੋਲ ਮਿਲੇ ਸੀਗੇ, ਮੈਂ ਉਹਨਾਂ ਨੂੰ ਸਾਰੀ ਉਹਨਾਂ ਦੀ ਗੱਲ ਸੁਣ ਕੇ ਅਤੇ ਉਹਨਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਪੋਸਟਮਾਰਟਮ ਦੀ ਆਪਣੇ ਰਿਪੋਰਟ ਦੀ ਵੇਟ ਕਰੋ, ਜੋ ਤੱਥ ਸਹੀ ਹੋਣਗੇ ਉਸ ਹਿਸਾਬ ਨਾਲ ਕਾਰਵਾਈ ਉਹਨਾਂ 'ਚ ਲੈਂਦੀ ਜਾਓ। ਜੀ, ਜੇਕਰ ਸਰ ਪਰਿਵਾਰ ਹੁਣ ਤੁਹਾਡੇ ਤੱਕ ਪਹੁੰਚ ਕਰ ਦਿਓ ਤਾਂ ਉਹਨਾਂ ਨੂੰ ਨਹੀਂ, ਮੈਂ ਤਾਂ ਆਪ ਬੁਲਾਏ ਹੈਗੇ ਆ, ਮੇਰਾ ਖਿਆਲ ਕੱਲ੍ਹ ਜਾਂ ਕੱਲ੍ਹ ਦੀ ਜਾਂ ਮੇਰਾ ਖਿਆਲ ਹੁਣ ਮੈਨੂੰ ਟਾਈਮ ਯਾਦ ਨਹੀਂ, ਹੁਣ ਤੁਸੀਂ ਯਕਦਮ ਆਏ ਆ, ਰਿਕਾਰਡ ਨਹੀਂ ਦੇਖਿਆ ਮੈਂ, ਅਤੇ ਕੱਲ੍ਹ ਕੀਤੀ ਹੋਈ ਹੈ ਇਹਨਾਂ ਨੂੰ ਬੁਲਾਇਆ ਹੋਇਆ ਵੀ ਆਪਣੇ ਆਣ ਕੇ ਸਟੇਟਮੈਂਟ ਦਿਓ ਅਤੇ ਅਸੀਂ ਦੇਖਦੇ ਹਾਂ ਕੀ ਹੈਗਾ। KV University Jalandhar, empowering student with 21st century skills. 708701755 708701752